ਮੈਂ ਕਹਿੰਦਾ ਗੱਪ ਮਾਰਨ ਜਾਂ ਬੰਦਾ ਮੰਨਿਆ ਹੀ ਸੁਖਵੀਰ ਬਾਦਲ ਬਹੁਤ ਵੱਡੇ ਵੱਡੇ ਗੱਪ ਮਾਰਦਾ ਇਹ ਕਿਹੜਾ ਸੁਖਵੀਰ ਸਭ ਨੂੰ ਪਿੱਛੇ ਛੱਡ ਜੇ ਇਹ ਇੰਨੇ ਇੰਨੇ ਰੋੜਦਾ ਇਹ ਅਣਤੋਲੇ ਬਿਨਾ ਟਾਇਰਾਂ ਵਾਲੇ ਚੌੜਸੀ ਰੋੜੀ ਜਾਂਦਾ ਗੋਲ ਤਾਂ ਰੁੜ ਜੇ ਮਾੜਾ ਮੋਟਾ ਇਹ ਚੌੜਸੀ ਰੋੜ ਨੂੰ ਫਿਰਦਾ ਭਗਤਾਂ ਦੇ ਅੱਖਾਂ 'ਚ ਪਤਾ ਨਹੀਂ ਲੀਲਾ ਥੋਥਾ ਪਿਆ ਦਿਮਾਗ 'ਚ ਪਤਾ ਨਹੀਂ ਤੂੜਾ ਭਰਿਆ ਕੰਨਾਂ 'ਚ ਪਤਾ ਨਹੀਂ ਕੀ ਪਾਈ ਫਿਰਦੇ ਆ ਸਮਝ ਨਹੀਂ ਲੱਗ ਰਹੀ ਕਿ ਕਿੱਡਾ ਵੱਡਾ ਨੁਕਸਾਨ ਇਹ ਪੰਜਾਬ ਦਾ ਬੰਦਾ ਕਰ ਰਿਹਾ ਹੈ ਆਪਾਂ ਬਿਆੰਤੇ ਨੂੰ ਬੁਚੜ ਕਹਿੰਦੇ ਆ ਮੈਨੂੰ ਆ ਭਵਾਂ ਤੋਂ ਉਹ ਕਿਤੇ ਵੱਡਾ ਬੁਚੜ ਬਣੂਗਾ ਪੰਜਾਬ ਦੇ ਲਈ ਜਿਸ ਤਰੀਕੇ ਨਾਲ ਇਹ ਸਾਡੇ ਕਿਸਾਨਾਂ ਨੂੰ ਕੁੱਟ ਰਿਹਾ ਮਜ਼ਦੂਰਾਂ ਨੂੰ ਕੁੱਟ ਰਿਹਾ ਮੁਲਾਜ਼ਮਾਂ ਨੂੰ ਕੁੱਟ ਰਿਹਾ ਸਾਡੀ ਜਵਾਨੀ ਦੇ ਐਨਐਸਏ ਲਾ ਕੇ ਡਿਬਰੂਗੜ ਸੱਟ ਰਿਹਾ ਹੈ ਐਦੋਂ ਵੱਡਾ ਬੁਚੜ ਕਿਹਦਾ ਹੋ ਸਕਦਾ ਭਲੇ ਉਹ ਮਾਨਸੂ ਬਾਦਲ ਤਾਂ ਲੋਕਾਂ ਨੇ ਪਹੁੰਚ ਕੇ 7 ਸਾਲ ਪਹਿਲਾਂ ਹੀ ਛੱਡਦੇ ਸੀ 2 ਸਾਲ ਢੂੜ ਸਾਲ ਪੌਣੇ 2 ਸਾਲ ਹੋ ਗਏ ਇਹਨਾਂ ਨੂੰ ਕਾਂਗਰਸੀਆਂ ਨੂੰ ਗਿਆਨ 18 ਮਹੀਨਿਆਂ ਦਾ ਤੂੰ ਹੈ ਢੂੜ ਸਾਲ ਦਾ ਤੂੰ ਹੈ ਤੂੰ ਕੀ ਕੀਤਾ ਸਵਾਲ ਦਾ ਤੇਰੇ ਕੋਲ ਇਹ ਬਣਦਾ ਯੱਲੀ ਇਨਕਲਾਬੀ ਬੰਦਾ ਇੱਥੇ ਆ ਕੇ ਡਰਾਮੇ ਕਰਦਾ ਸੀ ਲੋਕਾਂ 'ਚ ਤੂੰ ਮੇਰੀ ਬੇਬੇ ਆ ਤੂੰ ਮੇਰਾ ਬਾਪੂ ਆ ਜੱਫੀਆਂ ਪਾਉਂਦਾ ਸੀ ਆ ਕਿਸ਼ਤੀ ਜੀ ਲੈ ਕੇ ਹੜਾਂ 'ਚ ਵਗ ਜਾਂਦਾ ਆ ਵੀ ਬੰਦਾ ਕੋਠੇ ਦੇ ਆਪ ਦੇ ਖੜਾ ਕੇ ਡਰਾਮਾ ਆ ਕਰਕੇ ਵੀਡੀਓ ਬਣਾ ਕੇ ਆ ਜਾਂਦਾ ਜਿਵੇਂ ਅੱਜ ਜਿਹੜੇ ਇਕੱਠ ਇਕੱਠ ਹੋਇਆ ਜਿ ਇਕੱਠੇ ਹੋਏ ਨੇ ਰੋਸ ਪ੍ਰਦਰਸ਼ਨ ਆ ਬਾਈ ਜ਼ਿੰਮੇਵਾਰ ਜੇ ਮੈਂ ਖਾਸ ਗੱਲ ਕਰਾਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿ ਕਿਸਾਨ ਦੀ ਮੌਤ ਦਾ ਹੋਣਾ ਦੇਖੋ ਮੈਂ ਜਿਹੜਾ ਯਾਰ ਡਰਾਮੇਵਾਜ਼ ਐਨਾ ਯਾ ਲੈ ਇਨਕਲਾਬੀ ਬੰਦਾ ਇੱਥੇ ਆ ਕੇ ਡਰਾਮੇ ਕਰਦਾ ਸੀ ਲੋਕਾਂ 'ਚ ਤੂੰ ਮੇਰੀ ਬੇਬੇ ਆ ਤੂੰ ਮੇਰਾ ਬਾਪੂ ਆ ਜੱਫੀਆਂ ਪਾਉਂਦਾ ਸੀ ਆ ਕਿਸ਼ਤੀ ਜੀ ਲੈ ਕੇ ਹੜਾਂ 'ਚ ਵਗ ਜਾਂਦਾ ਆਪ ਹੀ ਬੰਦਾ ਕੋਠੇ ਦੇ ਆਪ ਦੇ ਖੜਾ ਕੇ ਡਰਾਮਾ ਜਾਂ ਕਰਕੇ ਵੀਡੀਓ ਬਣਾ ਕੇ ਆ ਜਾਂਦਾ ਅੱਜ ਉਹਨੂੰ ਚੌਥਾ ਪੰਜਵਾਂ ਦਿਨ ਹੈ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਫਿਰਦੇ ਹੂੰ ਇੱਕ ਦਿਨ ਦਾ ਜਹਾਜ਼ ਦਾ ਖਰਚਾ 40 ਲੱਖ ਦਾ ਹੂੰ ਜਹਾਜ਼ ਖਰੀਦਿਆ ਕਿਹਦੇ ਲਈ ਗਿਆ ਕੇਰੀਵਾਲ ਲਈ ਹੂੰ ਜੇ ਜਹਾਜ਼ ਤੁਸੀਂ ਪਹਿਲਾਂ ਹੈਲੀਕਾਪਟਰ ਸੀਗਾ ਸਾਰੇ ਮੁੱਖ ਮੰਤਰੀ ਵਰਤਦੇ ਸੀ ਕਿਸੇ ਨੇ ਪੰਜਾਬ ਚ ਕੋਈ ਜਾਣਾ ਕੋਈ ਗੱਲਬਾਤ ਹੁੰਦੀ ਤਾਂ ਜਾ ਵਰਦੇ ਸੀ ਪਰ ਉਹ ਖਰੀਦਿਆ ਉਹਨਾਂ ਲਈ ਗਿਆ ਉਹ ਵੀ ਪੰਜਾਬ ਦੇ ਪੈਸੇ ਦਾ ਅੱਜ 40 ਲੱਖ ਦਾ ਰੋਜ਼ ਦਾ ਖਰਚਾ ਜਾ ਉਹ ਵੀ ਪੰਜਾਬ ਦੇ ਖਜ਼ਾਨੇ ਚ ਪੈਸਾ ਲੱਗ ਰਿਹਾ ਇਹ ਕਹਿੰਦਾ ਵੀ ਮੈਂ ਇੱਕ ਪੈਸਾ ਨਹੀਂ ਪੰਜਾਬ ਦਾ ਇੱਧਰ ਉੱਧਰ ਹੋਣ ਦਿੰਦਾ ਜਿਨੇ ਵੀ ਇੱਕ ਨਵਾਂ ਪੈਸਾ ਖਾਦਾ ਮੈਂ ਬਖਸ਼ਣਾ ਨਹੀਂ ਚਾਹੇ ਕਾਲੀ ਦਲ ਦਾ ਬੰਦਾ ਹੋਵੇ ਚਾਹੇ ਕੋਕਾਂਸ ਦਾ ਬੰਦਾ ਹੋਵੇ ਚਾਹੇ ਕੋ ਮੇਰਾ ਆਪਣਾ ਬੰਦਾ ਹੋਵੇ ਜਿਹੜਾ ਤੂੰ ਪੈਸੇ ਬਰਬਾਦ ਕਰ ਰਿਹਾ ਹੈਂ ਕਿਹਦਾ ਜਵਾਬ ਕੌਣ ਦੇਊਗਾ ਜਿਹੜਾ 800 ਕਰੋੜ ਰੁਪਇਆ ਤੂੰ ਹਥਿਆਰਾਂ ਦੀ ਖਾਤਰ ਰੱਖ ਲਿਆ ਬੋਰਡਾਂ ਦੇ ਫੋਟੋਆਂ ਦੀ ਲਵਾਉਣ ਦੀ ਖਾਤਰ ਰੱਖ ਲਿਆ ਚੈਨਲਾਂ ਨੂੰ ਖਰੀਦਣ ਦੀ ਖਾਤਰ ਰੱਖ ਲਿਆ ਉਹਦਾ ਹਸਤਾਖਤ ਕੌਣ ਦੇਊਗਾ ਤੂੰ ਕਿਸਾਨ ਤੇਰੇ ਕੋਲ ਜਿੱਥੇ ਬੰਦੀਆਂ ਜਾਂਦੀਆਂ ਵੀ ਭਾਈ ਜਿਹੜੇ ਗੜੇ ਮਾਰੀ ਨਾਲ ਫਸਲਾਂ ਮਾਰੀਆਂ ਮਾਵਜਾ ਦੇ ਤੂੰ ਕਹਿੰਦਾ ਮੇਰੇ ਕੋਲ ਤਾਂ ਰੁਪਇਆ ਨਹੀਂ ਮੈਂ ਤੁਹਾਡੇ ਨਾਲ ਬੈਠੂ ਕਹਿੰਦਾ ਝੰਡਾ ਲੈ ਕੇ ਇਹ ਸੈਂਟਰ ਤੋਂ ਆਪਾਂ ਪੈਸੇ ਲੈਣੇ ਆ ਤੂੰ ਜਿਹੜਾ ਪੰਜਾਬ ਦਾ ਖਜ਼ਾਨਾ ਢਾ ਰਿਹਾ ਹੈ ਕੇਜਰੀਆਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਚੱਕਰ 'ਚ ਦੂਜੇ ਸੁਬਾਹ ਤੋਂ ਤੁਰਿਆ ਫਿਰਦਾ ਲਗਾਤਾਰ ਪੰਜਾਬ ਦੇ ਲੋਕ ਤਰਾਤਰਾ ਕਰਦੇ ਆ ਮਰ ਗਿਆ ਸਾਰਾ ਪ੍ਰੋਫਾਈਲ ਕਾ ਫੇਰ ਆ ਸਾਰਾ ਤਰਨਤਾਨ ਜਲੰਧਰ ਡੁੱਬ ਗਿਆ ਉਹਨਾਂ ਲੋਕਾਂ ਦੀ ਬਾਹ ਫੜਨ ਦੀ بجائے ਤੂੰ ਫਿਰਦਾ ਉੱਥੇ ਜਾ ਕੇ ਕੇਜਰੀਆਲ ਦੀਆਂ ਗਰੰਟੀਆਂ ਬੰਨਦਾ ਕਿ ਅਸੀਂ ਪੰਜਾਬ 'ਚ 31000 ਨੌਕਰੀ ਦੇਤੀ ਅਸੀਂ ਐਨੇ ਭ੍ਰਿਸ਼ਟਾਚਾਰੀ ਬੰਦ ਕਰਤੇ ਉੱਥੇ ਕੱਪ ਮਾਰੀ ਜਾਂਦਾ ਜਾ ਕੇ ਸੋ ਇਹਦਾ ਜ਼ਿੰਮੇਵਾਰ ਹੁਣ ਕੀ ਸਾਡੇ ਲੋਕਾਂ ਨੂੰ ਸਮਝ ਨਹੀਂ ਪੈ ਰਹੀ ਯਾਰ ਇਹਨਾਂ ਗੱਲਾਂ ਦੀ ਮੈਂ ਕਹਿੰਦਾ ਜਿੰਨੀਆਂ ਗੱਲਾਂ ਕਰਦਾ ਰਿਹਾ ਉਹਨਾਂ ਸਾਰੀਆਂ ਗੱਲਾਂ ਦੇ ਉਲਟ ਪੁੱਤ ਰਿਹਾ ਹੈ ਉਲਟ ਪੁੱਤ ਨੇ ਉਹਦੂ ਕਈ ਗੁਣਾ ਜ਼ਿਆਦਾ ਉਹਦੇ ਖਿਲਾਫ ਚੱਲ ਰਿਹਾ ਹੈ ਇੱਥੇ ਇਹ ਕਹਿੰਦਾ ਧਰ ਲੈਣੀ ਲੱਗਣ ਦਊਗਾ ਅਣਸਾਹ ਮਿਲੂਗਾ ਲੋਕਾਂ ਨੂੰ ਮੈਂ ਸੁਣਵਾਈ ਕਰੂੰਗਾ ਕੱਲ ਕਿਸਾਨ ਮਰਿਆ ਬਜ਼ੁਰਗ ਬੰਦਾ ਮਰਿਆ ਉਹਦੀ ਇੱਥੇ ਮਤਲਬ ਕਿ ਉਹਦਾ ਬਿਆਨ ਹੈ ਔਰ ਕਾਲ ਬਿਆਨ ਆ ਮਰਨ ਤੋਂ ਪਹਿਲਾਂ ਉਹ ਬਿਆਨ ਦੇ ਗਿਆ ਕਿ ਮੈਨੂੰ ਇੱਕ ਪੁਲਿਸ ਵਾਲੇ ਨੇ ਧੱਕਾ ਮਾਰਿਆ ਮੈਂ ਟਰਾਲੀ ਥੱਲੇ ਡਿੱਗ ਪਿਆ ਉਹਦਾ ਪਰਚਾ ਕਿਸਾਨਾਂ ਦੀ ਦਿੱਤਾ 302 ਦਾ ਮਰਿਆ ਪੁਲਿਸ ਦੀ ਵਜ੍ਹਾ ਨਾਲ ਬੰਦਾ ਇੱਥੇ ਪੁਲਿਸ ਨੇ ਸ਼ਰੇਆਮ ਤੇ ਥਾਣੇਦਾਰ ਇੱਥੋਂ ਦਾ ਡਾਡਾ ਉਗਵਾਲ ਦਾ ਕਿ ਸੱਚੋ ਆ ਡੀਐਸਪੀ ਹੈ ਸ਼ਰੇਆਮ ਇੱਥੇ ਸਾਡੀਆਂ ਬੀਬੀਆਂ ਸੀਗੀਆਂ ਵਿੱਚ ਬਜ਼ੁਰਗ ਵਿਚਾਰੀਆਂ ਔਰਤਾਂ ਉਹਨਾਂ ਨੂੰ ਸ਼ਰੇਆਮ ਮਾਮਾ ਭੈਣਾ ਧੀਆਂ ਦੀਆਂ ਗਾਲਾਂ ਕਢੀਆਂ ਪਸਚਾਏ ਵਿੱਚ ਡੰਡੇ ਵਿੱਚ ਗੁੜੀਆਂ ਦੇ ਵੀ ਮਾਰੇ ਨੇ ਹੋ ਹੋ ਭਜਾ ਭਜਾ ਇੱਥੋਂ ਲੋਕ ਕੁੱਟੇ ਆ ਸੋ ਇਹ ਤਾਂ ਯਾਰ ਮੈਂ ਕਹਿੰਦਾ ਬੁਛੜਪਨ ਵਾਲੀ ਜਮਾ ਹੱਦ ਕਰਤੀ ਉਹਨਾਂ ਲੋਕਾਂ ਨੇ ਤਾਂ ਆਪਾਂ ਬਿਆੰਤੇ ਨੂੰ ਬੁਛੜ ਕਹਿੰਦੇ ਆ ਮੈਂ ਕਹਿੰਦਾ ਭਵਾਂ ਤੋਂ ਉਹ ਕਿਤੇ ਵੱਡਾ ਬੁਛੜ ਬਣੂਗਾ ਪੰਜਾਬ ਦੇ ਲਈ ਜਿਸ ਤਰੀਕੇ ਨਾਲ ਹੈ ਸਾਡੇ ਕਿਸਾਨਾਂ ਨੂੰ ਕੁੱਟ ਰਿਹਾ ਮਜ਼ਦੂਰਾਂ ਨੂੰ ਕੁੱਟ ਰਿਹਾ ਮੁਲਾਜ਼ਮਾਂ ਨੂੰ ਕੁੱਟ ਰਿਹਾ ਸਾਡੀ ਜਵਾਨੀ ਦੇ ਐਨਐਸਏ ਲਾ ਕੇ ਡਿਬਰੂਗੜ੍ਹ ਸੱਟ ਰਿਹਾ ਐਦੂ ਵੱਡਾ ਬੁੱਚੜਾ ਕਿਹਦਾ ਹੋ ਸਕਦਾ ਹਲੇ ਡਰਾਮੇ ਕਰਦਾ ਕਿ ਮੈਂ ਪੰਜਾਬ ਪੱਖੀਆਂ ਮੈਂ ਪੰਜਾਬ ਅਤਿਸ਼ੀਆ ਤੇ ਭਗਤਾਂ ਦੇ ਅੱਖਾਂ 'ਚ ਪਤਾ ਨਹੀਂ ਲੀਲਾ ਥੋਥਾ ਪਿਆ ਦਿਮਾਗ 'ਚ ਪਤਾ ਨਹੀਂ ቱੜਾ ਭਰਿਆ ਕੰਨਾਂ 'ਚ ਪਤਾ ਨਹੀਂ ਕੀ ਪਾਈ ਫਿਰਦੇ ਆ ਸਮਝ ਨਹੀਂ ਲੱਗ ਰਹੀ ਕਿ ਕਿੱਡਾ ਵੱਡਾ ਨੁਕਸਾਨ ਇਹ ਪੰਜਾਬ ਦਾ ਬੰਦਾ ਕਰ ਰਿਹਾ ਔਰ ਇਹਨਾਂ ਕਿਸਾਨਾਂ ਦੇ ਲਈ ਹੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਉਹ ਕਹਿੰਦੀ ਸੀ ਕਿ ਦਿੱਲੀ ਦੇ ਵਿੱਚ ਅਸੀਂ ਕਿਸਾਨਾਂ ਦੇ ਲਈ ਬੜਾ ਕੁਝ ਕਰ ਰਹੇ ਹਾਂ ਬੜਾ ਕੁਝ ਕਿਸਾਨਾਂ ਨੂੰ ਦੇ ਰਹੇ ਹਾਂ ਫ੍ਰੀ ਦੇ ਵਿੱਚ ਵਾਈਫਾਈ ਦੇ ਰਹੇ ਹਾਂ ਬਹੁਤ ਕੁਝ ਦੇ ਰਹੇ ਹਾਂ ਕੀ ਗੱਲ ਉਦੋਂ ਕਿਸਾਨ ਚੰਗੇ ਲੱਗਦੇ ਸੀ ਹੁਣ ਕਿਸਾਨ ਚੰਗੇ ਕਿਉਂ ਲੱਗਣੋਂ ਹਟ ਗਏ ਵੋਟਾਂ ਲੈਣੀਆਂ ਅਸੀਂ ਲੈ ਲਈਆਂ ਕਿਸਾਨੀ ਮੋਰਚ ਦਾ ਲਾਹਾ ਲੈ ਲਿਆ ਜਿਹੜਾ ਦਿੱਲੀ ਲੱਗਿਆ ਸੀਗਾ ਉਹ ਸਾਰਾ ਇਹਨਾਂ ਦੀ ਰਾਸ ਆਇਆ ਲਗਾਤਾਰ ਪ੍ਰਚਾਰ ਬਾਦਲਾਂ ਦੇ ਖਿਲਾਫ ਹੋਇਆ ਕਾਂਗਰਸਾਂ ਦੇ ਖਿਲਾਫ ਹੋਇਆ ਉਹਦਾ ਲਾਹਾ ਹੀ ਲੈ ਗਏ ਸਾਡੇ ਲੋਕਾਂ ਕੋਲ ਕੋਈ ਰਾਹ ਨਹੀਂ ਸੀ ਇਨਾਂ ਕੋਲੇ ਜਾਵੜੇ ਪਰ ਇਹ ਵੀ ਮੈਂ ਦੇਖੋ ਇਹ ਤਾਂ ਗੱਲਾਂ ਕਰਦਾ ਨਾ ਵੀ ਮੈਂ ਇੱਕ ਪੈਸਾ ਨਹੀਂ ਇਧਰ ਉਧਰ ਜਾਣ ਦੇਣਾ ਮੈਂ ਕਰਾਪਟ ਕਰਾਪਸ਼ਨ ਬੰਦ ਕਰਤੀ ਮੈਂ ਇੰਨੇ ਬੰਦੇ ਫੜ ਲੇ ਇਹ ਤੋਂ ਇਹਦਾ ਬਿਜੇ ਸਿੰਘ ਲਾ ਨਹੀਂ ਇਹਦਾ ਪਾਰਟੀ ਜੋ ਕੱਢਿਆ ਗਿਆ ਉਹਦਾ ਨਾਲ ਬੈਠ ਕੇ ਚਾਹ ਪੀਂਦਾ ਫੌਜਾ ਸਿੰਘ ਸਰਾਰੀ ਦਾ ਕੀ ਬਣਿਆ ਸ਼ਰਿਆ ਬੀਬੀ ਮੋਗੇ ਵਾਲੀ ਘਰੇ ਲਾ ਕੇ ਲੈ ਗਈ ਅਸੀਂ ਸਰਕਾਰੀ ਹਸਪਤਾਲ ਦੇ ਉਹਦਾ ਨਹੀਂ ਕੁਝ ਬਣਿਆ ਸ਼ਰਿਆ ਬੀਬੀ ਮਾਨੂਕ ਵਾਲੀ ਨੇ ਕੋਠੀ ਦੱਬ ਲਈ ਉਹਦਾ ਕੀ ਬਣਿਆ ਕਿੰਨੇ ਸਵਾਲ ਨੇ ਜਿਹੜੇ ਰਕਾਰ ਸਕਦੇ ਨੇ ਸਾਡੇ ਲੋਕ ਪਰ ਹਾਲੇ ਵੀ ਮੈਨੂੰ ਲੱਗਦਾ ਵੀ ਹਾਲੇ ਵੀ ਸਾਡੇ ਲੋਕਾਂ ਨੂੰ ਕਿਉਂਕਿ ਇਹ ਆ ਕਲਾਕਾਰ ਕਲਾਕਾਰ ਬੰਦਾ ਹੈ ਕਲਾ ਨਾਲ ਹੀ ਹੁਣ ਤੱਕ ਇਹ ਲੋਕਾਂ ਦੀਆਂ ਤਾਲੀਆਂ ਵਾਹ ਵਾ ਖਟਦਾ ਰਿਹਾ ਕਲਾ ਚੁਟਕਲੇ ਸੁਣਾਤੇ ਕਹਾਣੀਆਂ ਜੋਰ ਜੋਰ ਸੁਣਾਤੀਆਂ ਉਹੀ ਕਲਾ ਨੂੰ ਇੱਧਰ ਵਰਤ ਰਿਹਾ ਉਹੀ ਡਰਾਮੇ ਉਹੀ ਕਹਾਣੀਆਂ ਅੱਜ ਵੀ ਸਟੇਜ ਦੇ ਉੱਤੇ ਖੜਾ ਕੋਈ ਗੰਭੀਰਤਾ ਨਾਲ ਹੀ ਗੱਲ ਕਰਦਾ ਵੀ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਸਾਡੀ ਜਵਾਨੀ ਬਾਹਰ ਨੂੰ ਉੱਡ ਚੱਲੀ ਪੰਜਾਬ ਖਾਲੀ ਹੋਈ ਜਾਂਦਾ ਹੁਣ ਇਹ ਕਾਨੂੰਨ ਕਿਉਂ ਨਹੀਂ ਬਣਾਉਂਦੇ ਬਾਈ ਪੰਜਾਬ ਦੇ ਵਿੱਚ ਵੀ ਕੋਈ ਬਾਹਰੀ ਬੰਦਾ ਇੱਥੇ ਆ ਕੇ ਜ਼ਮੀਨਾਂ ਖਰੀਦ ਸਕੇ ਇਹ ਕਿੱਡਾ ਵੱਡਾ ਸਾਡੇ ਲਈ ਆਉਣ ਵਾਲੇ ਸਮੇਂ ਸੰਕਟ ਖੜਾ ਹੋਣਾ ਇਸ ਗੱਲ ਨੇ ਖੜਾ ਕਰਨਾ ਹੈ ਕਿ ਕੋਈ ਵੀ ਬੰਦਾ ਹਿਮਾਚਲ ਦਾ ਕੋਈ ਯੂਪੀ ਦਾ ਬਿਹਾਰ ਬੰਗਾਲ ਦਾ ਚੱਲਿਆ ਇੱਥੇ ਜ਼ਮੀਨਾਂ ਘਰ ਖਰੀਦ ਰਹੇ ਨੇ ਇਹ ਬਹੁਤ ਵੱਡਾ ਸੰਕਟ ਖੜਾ ਹੋਊਗਾ ਇਹ ਕਾਨੂੰਨ ਕਈ ਵਾਰੀ ਹੁਣ ਖਹਿਰੇ ਨੇ ਵੀ ਇਹ ਬਿੱਲ ਲਿਆਂਦਾ ਸੀਗਾ ਉਹਦੇ ਚਰਚੇ ਨਹੀਂ ਹੋਈ ਵੀ ਭਾਈ ਬਾਹਰਲਾ ਬੰਦਾ ਜਿਵੇਂ ਉਤਰਾਖੰਡ ਜਿਵੇਂ हिमाचल ਜਿਵੇਂ ਰਾਜਸਥਾਨ ਇੰਨਾ ਚ ਵੀ ਕਾਨੂੰਨ ਆ ਇਹਦੀ ਤਰਜ਼ ਦੇ ਉੱਤੇ ਪੰਜਾਬ ਚ ਵੀ ਕਾਨੂੰਨ ਬਣਾਇਆ ਜਾਵੇ ਪਰ ਇੰਨਾ ਗੱਲਾਂ ਨਾਲ ਕੋਈ ਨਾ ਸਾਡੇ ਲੋਕਾਂ ਨੂੰ ਲੈਣਾ ਦੇਣਾ ਬਸ ਚਾਰ ਚੁਟਕਲੇ ਚਾਰ ਕਹਾਣੀਆਂ ਵਿਚਾਰ ਬਿਆੰਗ ਸੁਣਾਉਂਦਾ ਅਸਲ ਕੀ ਕਰਦਾ ਇਹ ਹੁਣ ਤੁਸੀਂ ਦੇਖੋ ਜਿਹੜੀ ਗੱਲ ਦੇ ਉੱਤੇ ਕਦੇ ਮਜੀਠੀਆ ਨੂੰ ਫੜ ਲੈਂਦਾ ਕਦੇ ਸੁਖਵੀਰ ਬਾਦਲ ਨੂੰ ਫੜ ਲੈਂਦਾ ਕਦੇ ਮਨਪ੍ਰੀਤ ਬਾਦਲ ਨੂੰ ਫੜ ਲੈਂਦਾ ਕਦੇ ਚੰਨੀ ਨੂੰ ਫੜ ਲੈਂਦਾ ਕਦੇ ਕੈਪਟਨ ਨੂੰ ਫੜ ਲੈਂਦਾ ਇਹ ਉਹ ਉਸੇ ਘਮਣ ਕਰ ਜੀ ਪਸਾਈ ਫਿਰਦਾ ਲੋਕਾਂ ਨੂੰ ਪਰ ਸਾਡੇ ਲੋਕਾਂ ਨੂੰ ਇੰਨੀ ਸਮਝ ਨਹੀਂ ਹੈਗੀ ਉਹ ਵੀ ਭਲੇਓ ਮਾਨਸੋ ਬਾਦਲ ਤਾਂ ਲੋਕਾਂ ਨੇ ਪੂੰਝ ਕੇ 7 ਸਾਲ ਪਹਿਲਾਂ ਹੀ ਛੱਡਦੇ ਸੀ 2 ਸਾਲ ਢੂੜ ਸਾਲ ਪੌਣੇ 2 ਸਾਲ ਹੋ ਗਏ ਇਹਨਾਂ ਨੂੰ ਕਾਂਗਰਸੀਆਂ ਨੂੰ ਗਿਆ ਨੂੰ ਹੁਣ 16 16 17 17 18 ਮਹੀਨਿਆਂ ਦਾ ਤੂੰ ਐ ਢੂੜ ਸਾਲ ਦਾ ਤੂੰ ਐ ਤੂੰ ਕੀ ਕੀਤਾ ਸਵਾਲ ਦਾ ਤੇਰੇ ਕੋਲ ਇਹ ਬਣਦਾ ਸਾਡੇ ਲੋਕ ਤੱਲੇ ਤਾੜੀਆਂ ਮਾਰ ਕੇ ਬੱਲੇ ਬੱਲੇ ਕਰਕੇ ਉੱਠ ਖੜਦੇ ਆ ਇਹਨੂੰ ਸਮਝ ਇੰਨੀ ਕਹੇਗੀ ਵੀ ਹਾਂ ਇਹ ਕਲਾ ਨਾਲ ਲੋਕਾਂ ਨੂੰ ਭਰਮਾਇਆ ਜਾ ਸਕਦਾ ਉਹੀ ਜਿੰਨਾ ਚ ਸਾਡੇ ਦਿਮਾਗ ਚੋਂ ਨਿਕਲਦਾ ਨਹੀਂ ਸਾਡੇ ਲੋਕਾਂ ਨੂੰ ਸਮਝ ਨਹੀਂ ਪੈਂਦੀ ਵੀ ਸਾਡੇ ਅਸਲ ਮੁੱਦੇ ਕੀ ਨੇ ਪਰਵਾਲ ਗਿਆ ਪਰਮੇਂਦਰ ਝੋਟਾ ਬੰਦ ਹੈ ਜੇਲ੍ਹ ਚ ਉਹਨੂੰ ਚੱਕ ਕੇ ਪਹਿਲਾਂ ਮੁਕਸਰ ਮਾਨਸਾ ਸੜਦਾ ਮਾਨਸਾ ਤੋਂ ਤਬਦੀਲ ਕੀਤਾ ਚੱਕ ਕੇ ਠੋਕਿਆ ਮੁਕਸਰ ਮੁਕਸਰ ਉਹ ਕੱਲ ਮਸਾਂ ਬਚਿਆ ਤੇ ਬੰਦੇ ਨੇ ਹਮਲਾ ਕਰ ਦੇਣਾ ਸੀ ਜਾਣੇ ਇਹ ਬੰਦੇ ਇਹਨਾਂ ਨੇ ਪਹਿਲਾਂ ਵੀ ਬੰਦੇ ਮਰਵਾਏ ਜਿਹੜੇ ਬੰਦੇ ਨੂੰ ਲੱਗਦਾ ਵੀ ਇਹ ਬੰਦੇ ਆਪਣੇ ਲੋਕਾਂ ਨੂੰ ਲਾਮ ਬੰਦ ਕਰਦੇ ਆ ਇਹ ਨਸ਼ਾ ਰਹਿਤ ਕਰਦੇ ਨੇ ਇਹ ਸਿੱਖੀ ਨਾਲ ਜੋੜਦੇ ਨੇ ਇਹ ਪੰਜਾਬੀਅਤ ਨਾਲ ਜੋੜਦੇ ਨੇ ਉਹ ਕਿੰਨੇ ਮੂਸੇ ਵਾਲੇ ਵਰਗਿਆਂ ਦੇ ਕਿਵੇਂ ਆਪ ਤੋਂ ਸਾਹਮਣੇ ਆ ਰਹੀਆਂ ਗੱਲਾਂ ਮੂਸੇ ਵਾਲ ਦੀ ਸਾਹਮਣੇ ਨਹੀਂ ਆਈ ਗੱਲ ਵੀ ਕਿਵੇਂ ਉਹਦਾ ਕਤਲ ਕਿਵੇਂ ਸਾਰੀ ਤਿਆਰੀ ਕੀਤੀ ਗਈ ਕਿਵੇਂ ਪਲਾਨਿੰਗ ਕੀਤੀ ਗਈ ਕਿਵੇਂ ਟ੍ਰੇਨਿੰਗ ਦਿੱਤੀ ਗਈ ਬੰਦਿਆਂ ਨੂੰ ਮਾਰਨ ਤੋਂ ਪਹਿਲਾਂ ਮੂਸੇ ਵਾਲੇ ਨੂੰ ਇਹ ਸਾਰੀਆਂ ਗੱਲਾਂ ਨਿਕਲ ਕੇ ਆ ਰੰਗਾ ਨਾ ਮੈਂ ਪਹਿਲੇ ਦਿਨ ਇਹ ਗੱਲ ਕਹਿ ਦਿੱਤੀ ਸੀ ਵੀ ਆਮ ਵਰਤਾਰਾ ਨਹੀਂ ਆਮ ਕਤਲ ਨਹੀਂ ਸਟੇਟ ਦਾ ਕਰਾਇਆ এজੰਸੀਆਂ ਦਾ ਕਰਾਇਆ ਹੋਇਆ ਕਤਲ ਆ ਹੁਣ ਤਾਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਹੀ ਕੁਝ ਹੁਣ ਚੱਲ ਰਿਹਾ ਜਿਹੜੇ ਬੰਦੇ ਬੋਲਣਗੇ ਮੰਨ ਲਓ ਕੱਲ ਨੂੰ ਝੋਟਾ ਅੰਦਰ ਬੰਦ ਹੈ ਜੇਲ੍ਹ ਚ ਜੇ ਉਹਦੇ ਐ ਨਾ ਮਰਵਾਇਆ ਪਹਿਲਾਂ ਕਿਹੜਾ ਬੰਦੇ ਮਾਰੀ ਨੀ ਇਹਨਾਂ ਨੇ ਹੂੰ ਯਾਨੀ ਹੁਣ ਇਹ ਸਾਡੇ ਲੋਕ ਪਰ ਹੱਲੇ ਵੀ ਘਰਾਂ 'ਚ ਆਪਾਂ ਬੈਠੇ ਆਂ ਵੀ ਚਲੋ ਕੋਈ ਗੱਲ ਨਹੀਂ ਝੋਟਾ ਫਸਿਆ ਕੋਈ ਹੋਰ ਫਸਿਆ ਕੋਈ ਡਿਬਰੂਗੜ੍ਹ ਫਸਿਆ ਕੋਈ ਕਿਤੇ ਫਸਿਆ ਆਪਾਂ ਕੀ ਲੈਣਾ ਆਪਣੇ ਕਿਹੜਾ ਜਵਾਕ ਨੂੰ ਕੁਛ ਹੋਇਆ ਉਹ ਥੋੜੇ ਰੋਜ਼ ਤਾਂ ਜਵਾਕ ਮਰਦੇ ਆਂ ਹੂੰ 10-15 15 ਜਵਾਕ ਰੋਜ਼ ਟੀਕੇ ਲਾ ਲਾ ਕੇ ਮਰਦੇ ਆਂ ਤੁਸੀਂ ਹੱਲੇ ਨਹੀਂ ਸਮਝ ਰਹੇ 15-15 16-16 ਸਾਲ ਦੇ ਜਵਾਕ ਮਰ ਗਏ ਇੱਕ ਪਰਿਵਾਰ ਦੇ ਤਿੰਨ-ਤਿੰਨ ਜਵਾਕ ਸਕੇ ਭਰਾ ਮਰ ਰਹੇ ਨੇ ਮਾਂ-ਮਾਂ ਦੀਆਂ ਕੁੱਖਾਂ ਸੁਨੀਆਂ ਹੋ ਰਹੀਆਂ ਨੇ ਤੁਸੀਂ ਹੱਲੇ ਵੀ ਚੁੱਪੋਂ ਹਲੇ ਵੀਰ ਹਲੇ ਕੁਝ ਨਹੀਂ ਹੋਇਆ ਪਰ ਕਦੋਂ ਉੱਠੋਗੇ ਤੁਸੀਂ ਉੱਠਣ ਜੋਗਰੇ ਰਹਿਣੇ ਨਹੀਂ ਤੁਹਾਡੇ ਹਾਲਾਤੇ ਬਣ ਜਾਣੇ ਆਖਰੀ ਸੁਵਾਲਾ ਤੁਸੀਂ ਮੁਆਵਜ਼ੇ ਦੀ ਗੱਲ ਕੀਤੀ ਆ ਕਿ ਮੁਆਵਜ਼ਾ ਹਲੇ ਤੱਕ ਨਹੀਂ ਮਿਲਿਆ ਪਰ ਇਹਨਾਂ ਨੇ ਇਸ਼ਤਿਹਾਰ ਵੀ ਲਾ ਦਿੱਤੇ ਇਹਨਾਂ ਨੇ ਸਪੀਚਾਂ ਦੇ ਵਿੱਚ ਵੀ ਕਹਿ ਦਿੱਤਾ ਕਿ ਮੁਆਵਜ਼ਾ ਪਹਿਲਾਂ ਕਿਸਾਨਾਂ ਨੂੰ ਮਿਲ ਗਿਆ ਫਿਰ ਉਹ ਮੁਆਵਜ਼ਾ ਕਿਹੜਾ ਜਿਹੜਾ ਦੇ ਦਿੰਦਾ ਇਹਨਾਂ ਨੇ ਉਹ ਮੈਦਾਨ ਸਾਰੇ ਕਿਸਾਨ ਹੀ ਖੜੇ ਆ ਭਲੌਂਗੋਲ ਖੜੇ ਆ ਇਹਨਾਂ ਨੂੰ ਪੁੱਛ ਲਓ ਗੜਿਆਨਾ ਮਰਿਆਂ ਦਾ ਕੋਈ ਆ ਗਿਆ ਸਿੱਧੀ ਲਵਾਈ ਝੋਨੇ ਦਾ ਕੋਈ ਪੈਸਾ ਆ ਗਿਆ ਕੋਈ ਮੂੰਗੀ ਤੇ ਐਮਐਸਪੀ ਮਿਲ ਗਈ ਕੋਈ ਮੱਕੀ ਵਾਲੇ ਮਿਲ ਗਏ ਆ 15 ਅਗਸਤ ਕਹਿੰਦਾ ਬੱਕਰੀਆਂ ਮੁਰਗੀਆਂ ਦੇ ਦੇਵਾਂਗੇ ਆ ਗਿਆ ਕੋਈ ਬੱਕਰੀ ਮੁਰਗੀ ਦੇ ਆ ਗਏ ਬੱਕਰੀ ਮੁਰਗੀ ਛੱਡੋ ਜਿੰਨਾਂ ਦਾ ਮੈਂ ਕਹਿੰਦਾ ਹੁਣੀ ਬਾਹ ਫੜ ਲੈ ਜਾ ਕੇ ਉਹਨਾਂ ਦੀ ਉਹ ਵਿਚਾਰੇ ਆ ਲੋਕਾਂ ਦਾ ਬੁਰਾ ਹਾਲ ਆ ਕੋਈ ਕਿਵੇਂ ਕੋਈ ਛੱਤਾਂ ਦੇ ਚੜੇ ਬੈਠੇ ਆ ਕੋਈ ਘਰ ਛੱਡ ਕੇ ਬਾਗ ਗਏ ਕਿਸੇ ਦੇ ਕਿੰਨੇ ਪਸ਼ੂ ਰੁੜ ਗਏ ਵਿਚਾਰਿਆਂ ਦੇ ਦਰਿਆਵਾਂ ਦੇ ਵਿੱਚ ਕੀ ਕੋ ਨੁਕਸਾਨੇ ਗਏ ਉਹਨਾਂ ਲੋਕਾਂ ਦਾ ਹੁਣੀ ਜਾ ਕੇ ਤੂੰ ਖੜ ਜਾ ਨਾਲ ਉਹਨਾਂ ਦੇ ਕਿਸੇ ਨੂੰ ਕੱਖ ਨਹੀਂ ਮਿਲਣਾ ਇਹਦਾ ਕਹਿੰਦਾ ਬਿਨਾ ਗਰਦੌਰੀ ਤੋਂ ਅਸੀਂ ਪੈਸੇ ਦਿਆ ਕਰਾਂਗੇ ਉਹ ਹੋਂ ਤਾਂ ਗਰਦੌਰੀਆਂ ਵੀ ਨਹੀਂ ਹੋਈਆਂ ਕਾ ਕਾ ਮਹੀਨੇ ਹੋ ਗਏ ਸੋ ਜਾਣੇ ਹਾਲੇ ਵੀ ਸਾਡੇ ਫਿਰ ਲੋਕ ਇਹ ਗੱਲਾਂ ਨੂੰ ਸਮਝ ਨਹੀਂ ਮੈਂ ਕਹਿੰਦਾ ਗੱਪ ਮਾਰਨ ਜਾਂ ਬੰਨਾ ਹੀ ਸੁਖਵੀਰ ਬਾਦਲ ਵੀ ਬਹੁਤ ਵੱਡੇ ਵੱਡੇ ਗੱਪ ਮਾਰਦਾ ਇਹ ਕਿਹੜਾ ਸੁਖਵੀਰ ਸਭ ਨੂੰ ਪਿੱਛੇ ਛੱਡ ਜੂ ਇਹ ਇੰਨੇ ਇੰਨੇ ਰੋੜਦਾ ਇਹ ਅਣਤੋਲੇ ਬਿਨਾ ਟਾਇਰਾਂ ਵਾਲੇ ਚੌੜਸੀ ਰੋੜੀ ਜਾਂਦਾ ਗੋਲ ਤਾਂ ਰੁੜ ਜੇ ਮਾੜਾ ਮੋਟਾ ਇਹ ਚੌੜਸੀ ਰੋਡ ਨੂੰ ਫਿਰਦਾ ਪਰ ਗੱਲਾਂ ਨਾਲ ਕਲਾਕਾਰ ਹੈਗਾ ਰੋੜ ਰਿਹਾ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਉਹ ਕਹੇ ਜਿਹੜੇ ਨੌਜਵਾਨ ਆ ਉਹਨਾਂ ਵੱਲੋਂ ਪੇਪਰ ਨੂੰ ਲੈ ਕੇ ਕਈ ਸਵਾਲ ਉਠਾਏ ਜਾ ਰਹੇ ਆ ਤੁਸੀਂ ਉਹਦੇ ਕਿਉਂ ਦੇਖੋ ਹਰ ਪਾਸੇ ਜਿਹੜਾ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਸਾਡੇ ਕੋਲੋਂ ਦੂਜੀਆਂ ਨੌਕਰੀਆਂ ਤਾਂ ਨਿਕਲ ਹੀ ਗਈਆਂ ਲੈ ਦੇ ਕੇ ਸਾਡੇ ਕੋਲੇ ਪੰਜਾਬ ਪੁਲਿਸ ਬਚੀ ਸੀ ਉਹ ਚ ਵੀ ਇਹਨਾਂ ਨੇ ਬਾਹਰ ਹੀ ਬੰਦੇ ਲਿਆ ਕੇ ਬਿਠਾਉਣ ਦਾ ਪੂਰਾ ਇੰਤਜ਼ਾਮ ਕਰ ਲਿਆ ਪਹਿਲਾ ਇਹਨਾਂ ਨੇ ਤੁਸੀਂ ਦੇਖੋ ਕਦੇ ਬਿਜਲੀ ਬੋਰਡ ਦੇ ਵਿੱਚ ਪਟਵਾਰੀਆਂ ਦੇ ਵਿੱਚ ਕੋਆਪਰੇਟਿਵ ਬੈਂਕਾਂ ਦੇ ਵਿੱਚ ਹਰ ਜਾਣੇ ادارے ਹਰ ਮਹਿਕਮੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵਿੱਚ ਬਾਹਰੋਂ ਬੰਦੇ ਲਿਆ ਲਿਆ ਕਿ ਅੱਧੋਂ ਜ਼ਿਆਦੇ ਜਾਣੇ 60 60 ਫੀਸਦੀ ਬੰਦੇ ਦੂਜੇ ਸੂਬਿਆਂ ਦੇ ਲਿਆ ਕੇ ਬਿਠਾਤੇ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਹੁਣ ਕੀ ਕਰ ਰਹੇ ਨੇ ਪੰਜਾਬ ਪੁਲਿਸ ਦੇ ਵਿੱਚ 1800 ਬੰਦਾ ਰੱਖਣਾ ਬੰਦਾ ਪੇਪਰ ਦੇ ਰਿਹਾ ਘੱਟੋ ਘੱਟ ਧਾਈ ਦਨ ਲੱਖ ਬੰਦਾ ਜਿਹਦੇ ਵਿੱਚ ਮਤਲਬ ਹੈ ਲੱਖ ਡੇਢ ਲੱਖ ਤੋਂ ਉੱਪਰ ਬੰਦਾ ਜਿਹੜਾ ਉਹ ਯੂਪੀ ਬਿਹਾਰ ਹਿਮਾਚਲ ਤਾਮਨ ਲਾਡੂ ਦੂਰ ਦੂਰ ਤੱਕ ਦੇ ਬੰਦੇ ਪੇਪਰ ਦੇਣ ਆ ਰਹੇ ਆ ਇੱਕ ਤਾਂ ਹੁੰਦਾ ਕੋਟਾ ਜਿਵੇਂ ਮੰਨ ਲਓ ਬਾਕੀ ਸੂਬਿਆਂ ਦਾ ਕੋਟਾ ਹੈ 5% 4% ਕੋਟਾ ਕੱਟ ਦਾ ਖਤਮ ਹੀ ਹੈ ਇੱਥੇ ਹੁਣ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਪੇਪਰ ਲੈ ਰਹੀ ਹੈ ਪ੍ਰਾਈਵੇਟ ਕੰਪਨੀ ਨੇ ਪੇਪਰ ਹਿੰਦੀ ਚ ਵੀ ਪਾ ਰੱਖਿਆ ਨਾਲ ਪੰਜਾਬੀ ਦਾ ਪੇਪਰ ਜਿਹੜਾ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਵੀ 30 ਨੰਬਰ ਦਾ ਪੇਪਰ ਹੋ 10 ਨੰਬਰ ਦਾ ਕਰਤਾ ਪੰਜਾਬ ਦਾ ਇਤਿਹਾਸ ਵਿੱਚੋਂ ਖਤਮ ਕਰਤਾ ਪ੍ਰਸ਼ਨ ਬਹੁਤ ਸੌਖੇ ਪੁੱਛੇ ਜਾ ਰਹੇ ਆ ਪੰਜਾਬੀ ਦੇ ਵਿੱਚ ਕਿ ਵੀਰਵਾਰ ਤੇ jumme ਦੇ ਆਪਣਾ ਬੁੱਧਵਾਰ ਤੇ jumme ਦੇ ਵਿਚਾਲਾ ਦਿਨ ਕਿਹੜਾ ਹੈ ਹੁਣ ਬੁੱਧਵਾਰ ਤੇ jumme ਦੇ ਵਿਚਾਰੇ ਦਿਨ ਵੀਰਵਾਰ ਆਉਂਦਾ ਇਹ ਸਾਰੇ ਅਨਪੜ੍ਹ ਬੰਦੇ ਨੂੰ ਵੀ ਪਤਾ ਹੈ ਐਨੇ ਸੌਖੇ ਸਵਾਲ ਜਿਹੜੀ ਜਰਨਲ ਨੌਲੇਜ ਆ ਉਹ ਖਤਮ ਕਰਤੀ ਜਿਹੜਾ ਵਿਆਕਰਨ ਨਾਲ ਉਹ ਖਤਮ ਕਰਤਾ ਜਾਣੇ ਹਰ ਤਰੀਕੇ ਨਾਲ ਜਿਹੜੀ ਕੋਸ਼ਿਸ਼ ਆ ਵੀ ਕਿਸੇ ਵੀ ਤਰੀਕੇ ਨਾਲ ਥਾਣਿਆਂ ਦੇ ਵਿੱਚ ਜਿਹੜੀ ਭਰਤੀ ਹੋਵੇ ਛਿਪਾਈਆਂ ਦੀ ਭਰਤੀ ਪਹਿਲਾਂ ਸਬ ਇੰਸਪੈਕਟਰਾਂ ਦੀ ਭਰਤੀ ਹੋਈ ਉਹਦੇ ਵਿੱਚ ਵੀ ਹੁਣ ਸਿਪਾਹੀ ਦੀ ਭਰਤੀ ਦੇ ਵਿੱਚ ਵੀ ਵੀ ਬਾਹਰਲੇ ਬੰਦੇ ਕਿਸੇ ਵੀ ਤਰੀਕੇ ਨਾਲ ਫਿੱਟ ਕਰਨੇ ਨੇ ਇਹਦੇ ਬਾਰੇ ਕੋਈ ਨਹੀਂ ਬੋਲ ਰਿਹਾ ਬੋਲੂ ਕੌਣ ਇੱਥੇ ਇਹੀ ਗਦਾਰੀਆਂ ਪਹਿਲਾਂ ਬਾਦਲਾਂ ਨੇ ਕੀਤੀਆਂ 300 ਬੰਦਾ ਪਹਿਲਾਂ ਸੀਮ ਸਕਿਉਰਿਟੀ ਦੇ ਵਿੱਚ ਫਿੱਟ ਕੀਤਾ ਗਿਆ ਸਿੱਧੇ ਡੀਐਸਪੀ ਭਰਤੀ ਕੀਤੇ ਗਏ ਪੈਰਾ ਮਿਲਟਰੀ ਫੋਰਸ ਦੇ ਵਿੱਚੋਂ ਲਿਆ ਕੇ ਜਿਹੜੇ ਕੰਡਮ ਹੋਏ ਬੰਦੇ ਸੀ ਕੋ ਪੰਪ ਤੇ ਲੱਗਿਆ ਸੀ ਕੋ ਟੋਲ ਤੇ ਲੱਗਿਆ ਹੋਇਆ ਸੀ ਜਿੰਨੀਆਂ ਉਮਰਾਂ ਵੀ 40-40 ਸਾਲ ਤੋਂ ਉੱਪਰ ਸੀ ਸਿੱਧੇ ਇਨਸਪੈਕਟਰ ਭਰਤੀ ਕੀਤੇ ਜਦੋਂ ਕਿ ਇਨਸਪੈਕਟਰ ਦੀ ਭਰਤੀ ਪੰਜਾਬ ਪੁਲਿਸ ਚ ਬੰਦ ਹੈ ਉਹ ਸਭ ਕਾਨੂੰਨ ਕਰਾਨ ਛਿੱਕੇ ਟੰਗ ਕੇ ਪਹਿਲਾਂ ਬਾਦਲਾ ਨੇ ਕੰਮ ਸ਼ੁਰੂ ਕੀਤਾ ਫੇਰ ਕਿਤਾ ਕੈਪਟਨ ਨੇ ਹੁਣ ਰੈਂਦੀ ਖੁੰਦੀ ਕਸਰੇ ਨੇ ਕੱਢਤੀ ਸਤੌਜ ਵਾਲੇ ਨੇ ਇਹ ਉਦੋਂ ਵੀ ਗਾਹ ਟੱਪ ਗਿਆ ਇਹ ਥੱਲੇ ਵੀ ਹੁਣ ਜਿਹੜੇ ਸਿਪਾਹੀ ਮਾੜੇ ਮੋٹے ਪੰਜਾਬੀ ਵਿਚਾਰੇ ਮੁੰਡੇ ਸਾਡੇ ਕੁੜੀਆਂ ਭਰਤੀ ਹੋ ਜਾਂਦੇ ਸੀ ਉਹਦੇ ਵਿੱਚ ਵੀ ਲਿਆ ਕੇ ਹੁਣ ਯੂਪੀ ਬਿਹਾਰ ਹਮਾਚਲ ਰਾਜਸਥਾਨ ਦੇ ਬੰਦਿਆਂ ਨੂੰ ਬਿਠਾਉਣ ਲੱਗਿਆ ਸੋ ਇਹਦੇ ਲਈ ਕੋਈ ਵੀ ਨਹੀਂ ਬੋਲ ਰਿਹਾ ਸਭ ਤੋਂ ਆਪਣੇ ਮੈਂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਵੀ ਯਾਰ ਤੁਸੀਂ ਲੜਦੇ ਹੋ ਜ਼ਮੀਨਾਂ ਬਚਾਉਣ ਖਾਤਰ ਮਾਵਜੇ ਦੀ ਖਾਤਰ ਜੇ ਸਾਡੇ ਜਵਾਕ ਪ੍ਰਵਾਸ ਕਰਕੇ ਬਾਹਰ ਜਿਵੇਂ ਭੱਜ ਰਹੇ ਨੇ ਪ੍ਰਵਾਸ ਹੋ ਰਿਹਾ ਸਾਡੀਆਂ ਨੌਕਰੀਆਂ ਦੇ ਉੱਤੇ ਬਾਹਰਲੇ ਬੰਦੇ ਆ ਕੇ ਕਾਬਜ਼ ਹੋ ਗਏ ਤਾਂ ਫਿਰ ਸਾਡੇ ਕੋਲੇ ਜ਼ਮੀਨਾਂ ਵੀ ਨਹੀਂ ਰਹਿਣਗੀਆਂ ਇਹ ਵੀ ਖੁੰਗੀਆਂ ਜਾਣੀਆਂ ਨੇ ਤਾਂ ਇਸ ਲਈ ਇਹ ਲੜਾਈ ਉਦੋਂ ਵੀ ਵੱਡੀ ਆ ਮਾਵਜਿਆਂ ਨਾਲ ਲੜਾਈ ਇਹ ਵੱਡੀ ਆ ਵੀ ਸਾਨੂੰ ਇਹ ਲੜਾਈ ਬਰਾਬਰ ਲੜਨੀ ਚਾਹੀਦੀ ਜਿਵੇਂ ਅੱਜ ਅਸੀਂ ਇੱਥੇ ਲੋਂਗੋਵਾਲ ਦੇ ਵਿੱਚ ਕਿਸਾਨ ਸਾਡੇ 16 ਜਥੇ ਬੰਦੀਆਂ ਕੱਲ ਇਕੱਠੀਆਂ ਹੋਈਆਂ ਬਾਕੀ ਜਥੇ ਬੰਦੀਆਂ ਇਕੱਠੀਆਂ ਹੋਈਆਂ ਇਹਨਾਂ ਨੇ ਪ੍ਰਗਾਮ ਦਿੱਤਾ ਵੀ ਅਸੀਂ 22 ਤਰੀਕ ਨੂੰ ਗਵਰਨਰ ਦਾ ਜਿਹੜਾ ਉਹ ਘਰ ਘੇਰਨਾ ਜਾ ਕੇ ਇਹ ਚੰਡੀਗੜ੍ਹ ਨੂੰ ਚਲੇ ਸੀਗੇ ਇਹਨਾਂ ਦੀ ਮੰਗ ਸੀਗੀ ਵੀ ਪਿਛਲੇ ਜਿਹੜੇ ਗੜੇਮਾਰੀ ਹੋਈ ਆ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਗੜੇਮਾਰੀ ਦਾ ਵੱਡਾ ਮਸਲਾ ਯਾਰ ਛੋਡੇ ਥਾਣਿਆਂ ਦੇ ਵਿੱਚ ਆਪਾਂ ਦੇਖਿਆ ਵੀ ਕਿਵੇਂ 80 90 ਦੇ ਦੌਰ ਦੇ ਵਿੱਚ ਸਾਡੀਆਂ ਨੌਜਵਾਨ ਕੁੜੀਆਂ ਸਾਡੀਆਂ ਬੀਬੀਆਂ ਉੱਥੇ ਨੰਗੀਆਂ ਕਰਕੇ ਅਲਫ ਕਿਵੇਂ ਉਹ ਬੇਪੱਤ ਕੀਤੀਆਂ ਜਾਂਦੀਆਂ ਰਹੀਆਂ ਕਿਵੇਂ ਇੱਜਤਾ ਲੁੱਟੀਆਂ ਜਾਂਦੀਆਂ ਰਹੀਆਂ ਕਿਵੇਂ ਜਲੀਲ ਕੀਤਾ ਜਾਂਦਾ ਰਿਹਾ ਉਹਨਾਂ ਨੂੰ ਠਾਣਿਆਂ ਦੇ ਵਿੱਚ ਹੁਣ ਜੇ ਉੱਥੇ ਜੁਪੀ ਦਾ ਬਿਹਾਰ ਦਾ ਹਿਮਾਚਲ ਦਾ ਸਾਡੇ ਠਾਣਿਆਂ 'ਚ ਭਈਆ ਬੈਠਾ ਹੋਊਗਾ ਤੇ ਫਿਰ ਉਹਨੂੰ ਕੋਈ ਸੰਗ ਸ਼ਰਮ ਨਹੀਂ ਹੋਣੀ ਕੋਈ ਹਯਾ ਦਿਆ ਨਹੀਂ ਹੋਣੀ ਕੋਈ ਹੋਰੇ ਅੰਦਰ ਕੋਈ ਭਾਵਨਾ ਨਹੀਂ ਹੋਣੀ ਜਿਵੇਂ ਆਪਾਂ ਦੇਖ ਰਹੇ ਹਾਂ ਨਾ ਵੀ ਜਿਵੇਂ ਜਿੰਨੀ ਅਫਸਰ ਲੋਬੀ ਹੁਣ ਭਵੰਤਰੇ ਵਾਲੇ ਵਾਲੇ ਇਕੱਠੀ ਹੋਈ ਵੀ ਐ ਉਹਦੇ ਸਾਨੂੰ ਕੋਈ ਪੰਜਾਬ ਦਾ ਬੰਦਾ ਇੱਕ ਅੱਧਾ ਟਾਮਾ ਟਾਲੀ ਨਜ਼ਰ ਆਉਂਦਾ ਸਾਰੇ ਕੋਈ ਦਿੱਲੀ ਦਾ ਕੋਈ ਕਿੱਥੋਂ ਦਾ ਕੋਈ ਕਿੱਥੋਂ ਦਾ ਸਾਰੇ ਬੰਦੇ ਆਲੇ-ਦਾਲੇ ਉਹ ਜਿੰਨੇ ਬਿਊਰੋਕ੍ਰੇਟ ਜਿੰਨਾ ਬੈਠਾ ਉਹ ਸਾਰਾ ਉਹੀ ਬੈਠਾ ਹੈ ਕਾਰਨ ਕੀ ਮੰਨਦੇ ਹੋ ਲੱਖੇਬਾਈ ਕੀ ਇਹ ਅਹਿਸਾਸ ਕਰਵਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੀਆਂ ਨੌਕਰੀਆਂ ਹੀ ਨਹੀਂ ਤੁਸੀਂ ਬੇਰੋਜ਼ਗਾਰੀ ਰਹੋਗੇ ਪੰਜਾਬ 'ਚ ਇਹ ਕਹਿੰਦੇ ਪੜਦੇ ਨਹੀਂ ਪੰਜਾਬ ਦੇ ਮੁੰਡੇ ਜਾਂ ਪੰਜਾਬ ਦੀਆਂ ਕੁੜੀਆਂ ਜਿਹੜੇ ਪੜੇ ਲਿਖੇ ਟੈਂਕੀਆਂ ਦੇ ਬੈਠੇ ਐ ਉਹਨਾਂ ਨੂੰ ਮਿਲ ਗਈਆਂ ਜਿਹੜੇ ਸੜਕਾਂ 'ਤੇ ਰੋਲ ਰਹੇ ਉਹਨਾਂ ਨੂੰ ਮਿਲ ਗਈਆਂ ਹੁਣ ਅਗਲੀ ਗੱਲ ਦੇਖੋ ਇਹ ਕੋਈ ਕੋਈ ਪ੍ਰਵਾਹ ਨਹੀਂ ਕੋਈ ਧਿਆਨ ਨਹੀਂ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 80 ਦੇ ਕਰੀਬ ਬੰਦਿਆਂ ਨੇ ਬਾਹਰਲੇ ਸੂਬਿਆਂ ਦੇ ਬੰਦੇ ਆ ਪੰਜਾਬ ਦਾ ਯਾਲੀ ਡੋਮਿਸਾਈਲ ਬਣਾ ਕੇ ਉਹਨਾਂ ਨੇ ਸ਼ੀਟਾਂ ਲੈ ਲਈਆਂ ਐਮਬੀਬੀਐਸ ਤੇ ਬੀਡੀਐਸ ਦਾਖਲੇ ਹੋਏ ਨੇ ਉਹ ਤੁਸੀਂ ਦੇਖੋ ਵੀ ਯਾਲੀ ਉਹਨਾਂ ਨੇ ਡੋਮਿਸਾਈਲ ਬਣਾਇਆ ਉਹਦੇ ਤੇ ਕੋਈ ਕਾਰਵਾਈ ਨਹੀਂ ਇਕੱਲਾ ਹੁਣ ਤੱਕ ਸਰਕਾਰ ਨੇ ਇਕੱਲਾ ਨੋਟਿਸ ਕੱਢਿਆ ਨੋਟਿਸ ਨਾਲ ਕੀ ਹੋ ਜੂਗਾ ਭਾਈ ਉਹਨਾਂ ਦੇ ਪਰਚਾ ਹੁੰਦਾ 420 ਦਾ ਉਹਨਾਂ ਨੇ ਦਾਖਲੇ ਰੱਦ ਕਰੋ ਉਹਨਾਂ ਦੇ ਪਰ ਕੋਈ ਕਾਰਵਾਈ ਨਹੀਂ ਯਾਨੀ ਇਹ ਐਡਾ ਵੱਡਾ ਧੱਕਾ ਜਿਹੜਾ ਹੋ ਰਿਹਾ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਮੁੰਡੇ ਪੰਜਾਬ ਦੇ ਪਰ ਕਿਹੋ ਜਾਣਗੇ ਕਿੱਥੇ ਅਲੱਗ ਨਾਲ ਛੱਡੋ ਪਰ ਨੌਕਰੀ ਮਿਲਦੀ ਨਹੀਂ ਇੰਨਾ ਪੜ੍ਹ ਕੇ ਮੱਥਾ ਮਾਰ ਕੇ ਦੇਖ ਲਿਆ ਹੁਣ ਇਹ ਇਹ ਤਾਂ ਜਿਹੜਾ ਐਸਸੀ ਕੋਟਾ ਹੁਣ ਆਹ ਤੌਰ ਤੇ ਤੁਸੀਂ ਦੇਖੋ ਵੀ ਬਾਹਰਲੇ ਸੂਬਿਆਂ ਦੇ ਵਿੱਚ ਐਸਸੀ ਕੋਟੇ ਚ ਬੰਦਾ ਦੂਜੇ ਸੂਬੇ ਦਾ ਆ ਕੇ ਭਰਤੀ ਨਹੀਂ ਹੋ ਸਕਦਾ ਪਿੱਛੇ ਰਾਜਸਥਾਨ ਚ ਭਰਤੀ ਹੋਈ ਆ ਰਾਜਸਥਾਨ ਚ ਆਪਾਂ ਨੂੰ ਪਤਾ ਵੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਭਰਤੀ ਲੰਘੀ ਹਿਮਾਚਲ ਚ ਭਰਤੀ ਹੁੰਦੀ ਆ ਆਪਣਾ ਨੇੜੇ ਤੇ ਡੇ ਵੀ ਨਹੀਂ ਲੱਗਣ ਦਿੰਦੇ ਉਹ ਜਾ ਕਿਤੇ ਵੀ ਭਰਤੀ ਰੱਖ ਲਓ ਦੂਜੇ ਸੂਬਿਆਂ 'ਚ ਹੁੰਦੀ ਐ ਉਹ ਕੋਟਾ ਰੱਖਦੇ ਆ 2 3 4 5% ਐ ਪੰਜਾਬ ਵਾਂਗੂ ਥੋੜੀ ਐ ਵੀ 100 ਮਗਰ 60 ਬੰਦੇ ਬਾਹਰ ਲਿਆ ਕੇ ਵਹਿ ਜਾਣਗੇ ਤੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਇਹ ਸਾਨੂੰ ਪਤਾ ਹੀ ਨਹੀਂ ਪਤਾ ਨਹੀਂ ਮੈਂ ਤਾਂ ਸਮਝ ਹਰਾਨੀ ਆ ਮੈਂ ਇਸ ਗੱਲ ਤੋਂ ਨਾ ਸਾਡੀ ਨੌਜਵਾਨੀ ਉੱਠ ਰਹੀ ਨੇ ਹੋਰ ਗੱਲਾਂ ਪਛੇ ਟੱਕਰਾ ਮਾਰੀ ਜਾਂਦੇ ਆ ਲੜੀ ਜਾਂਦੇ ਆ ਇੱਕ ਦੂਜੇ ਨਾਲ ਆ ਐਡਾ ਵੱਡਾ ਹਮਲਾ ਸਾਡੇ ਤੇ ਹੋ ਰਿਹਾ ਜਿਹੜੀ ਮਾੜੀ ਮੋਟੀ ਨੌਕਰੀ ਨਿਕਲਦੀ ਆ ਕੋਈ ਆਸ ਵੱਜਦੀ ਆ ਕਿਸੇ ਨੌਜਵਾਨ ਨੂੰ ਉਹ ਬਾਹਰ ਲਿਆ ਕੇ ਲੈ ਜਾਂਦੇ ਆ ਸਾਡੇ ਵਾਲੇ ਫਿਰ ਕੋਈ ਚੱਟਾ ਪੀਣ ਤੇ ਲੱਗ ਗਿਆ ਕੋਈ ਬਾਹਰ ਨੂੰ ਭੱਜ ਗਿਆ ਉਸ ਤਰੀਕੇ ਨਾਲ ਸੀ ਮਰੀ ਜਾਂਦੇ ਆ ਜਾਂ ਪ੍ਰਵਾਸ ਹੋ ਕੇ ਪੰਜਾਬ ਖਾਲੀ ਹੋਈ ਜਾਂਦਾ ਬਾਕੀ ਸੂਬਿਆਂ ਦਾ ਕੋਟਾ 5% 4% ਕੋਟਾ ਕੱਟ ਦਾ ਖਤਮ ਹੀ ਆ ਇੱਥੇ ਹੁਣ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਪੇ ਪ੍ਰਾਈਵੇਟ ਕੰਪਨੀ ਨੇ ਪੇਪਰ ਹਿੰਦੀ ਚ ਵੀ ਪਾ ਰੱਖਿਆ ਨਾਲ ਪੰਜਾਬੀ ਦਾ ਪੇਪਰ ਜਿਹੜਾ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਵੀ 30 ਨੰਬਰ ਦਾ ਪੇਪਰ ਹੋ 10 ਨੰਬਰ ਦਾ ਕਰਤਾ ਪੰਜਾਬ ਦਾ ਇਤਿਹਾਸ ਵਿੱਚੋਂ ਖਤਮ ਕਰਤਾ ਪ੍ਰਸ਼ਨ ਬਹੁਤ ਸੌਖੇ ਪੁੱਛੇ ਜਾ ਰਹੇ ਆ ਪੰਜਾਬੀ ਦੇ ਵਿੱਚ ਕਿ ਵੀਰਵਾਰ ਤੇ jumme ਦੇ ਆਪਣਾ ਬੁੱਧਵਾਰ ਤੇ ਜੁਮੇ ਦੇ ਵਿਚਾਲਾ ਦਿਨ ਕਿਹੜਾ ਹੁਣ ਬੁੱਧਵਾਰ ਤੇ ਜੁਮੇ ਦੇ ਵਿਚਾਰੇ ਦਿਨ ਵੀਰਵਾਰ ਆਉਂਦਾ ਇਹ ਸਾਰੇ ਅਨਪੜ੍ਹ ਬੰਦੇ ਨੂੰ ਵੀ ਪਤਾ ਹੈ ਐਨੇ ਸੌਖੇ ਸਵਾਲ ਜਿਹੜੀ ਜਰਨਲ ਨੌਲੇਜ ਆ ਉਹ ਖਤਮ ਕਰਤੀ ਜਿਹੜਾ ਵਿਆਕਰਨ ਨਾ ਉਹ ਖਤਮ ਕਰਤਾ ਜਾਣੇ ਹਰ ਤਰੀਕੇ ਦੇ ਨਾਲ ਜਿਹੜੀ ਕੋਸ਼ਿਸ਼ ਆ ਵੀ ਕਿਸੇ ਵੀ ਤਰੀਕੇ ਨਾਲ ਠਾਣਿਆਂ ਦੇ ਵਿੱਚ ਜਿਹੜੀ ਭਰਤੀ ਹੋਵੇ ਸਿਪਾਹੀਆਂ ਦੀ ਭਰਤੀ ਪਹਿਲਾਂ ਸਬ ਇੰਸਪੈਕਟਰਾਂ ਦੀ ਭਰਤੀ ਹੋਈ ਉਹਦੇ ਵਿੱਚ ਵੀ ਹੁਣ ਸਿਪਾਹੀ ਦੀ ਭਰਤੀ ਦੇ ਵਿੱਚ ਵੀ ਵੀ ਬਾਹਰਲੇ ਬੰਦੇ ਕਿਸੇ ਵੀ ਤਰੀਕੇ ਨਾਲ ਫਿੱਟ ਕਰਨੇ ਨੇ ਇਹਦੇ ਬਾਰੇ ਕੋਈ ਨਹੀਂ ਬੋਲ ਰਿਹਾ ਬੋਲੂ ਕੌਣ ਇੱਥੇ ਇਹੀ ਗਦਾਰੀਆਂ ਪਹਿਲਾਂ ਬਾਦਲਾਂ ਨੇ ਕੀਤੀਆਂ 300 ਬੰਦਾ ਪਹਿਲਾਂ ਸੀਮ ਸਕਿਉਰਟੀ ਦੇ ਵਿੱਚ ਫਿੱਟ ਕੀਤਾ ਗਿਆ ਸਿੱਧੇ ਡੀਐਸਪੀ ਭਰਤੀ ਕੀਤੇ ਗਏ ਪੈਰਾਮਿਲਟਰੀ ਫੋਰਸ ਦੇ ਵਿੱਚੋਂ ਲਿਆ ਕੇ ਜਿਹੜੇ ਕੰਡਮ ਹੋਏ ਬੰਦੇ ਸੀ ਕੋ ਪੰਪ ਤੇ ਲੱਗਿਆ ਹੋਇਆ ਸੀ ਕੋ ਟੋਲ ਤੇ ਲੱਗਿਆ ਹੋਇਆ ਸੀ ਜਿਨ੍ਹਾਂ ਦੀ ਉਮਰਾਂ ਵੀ 40-40 ਸਾਲ ਤੋਂ ਉੱਪਰ ਸੀ ਸਿੱਧੇ ਇੰਸਪੈਕਟਰ ਭਰਤੀ ਕੀਤੇ ਜਦੋਂ ਕਿ ਇੰਸਪੈਕਟਰ ਦੀ ਭਰਤੀ ਪੰਜਾਬ ਪੁਲਿਸ ਚ ਬੰਦ ਹੈ ਉਹ ਸਭ ਕਾਨੂੰਨ ਕਰਾਨ ਛਿੱਕੇ ਟੰਗ ਕੇ ਪਹਿਲਾਂ ਬਾਦਲਾ ਨੇ ਕੰਮ ਸ਼ੁਰੂ ਕੀਤਾ ਫਿਰ ਕਿਤਾ ਕੈਪਟਨ ਨੇ ਹੁਣ ਰੈਂਦੀ ਖੁੰਦੀ ਕਸਰੇ ਨੇ ਕੱਢਤੀ ਸਤੌਜ ਵਾਲੇ ਨੇ ਇਹ ਉਦੋਂ ਵੀ ਕਹਾਂ ਟੱਪ ਗਿਆ ਇਹ ਥੱਲੇ ਵੀ ਹੁਣ ਜਿਹੜੇ ਸਿਪਾਹੀ ਮਾੜੇ ਮੋٹے ਪੰਜਾਬੀ ਬਿਚਾਰੇ ਮੁੰਡੇ ਸਾਡੇ ਕੁੜੀਆਂ ਭਰਤੀ ਹੋ ਜਾਂਦੇ ਸੀ ਉਹਦੇ ਵਿੱਚ ਵੀ ਲਿਆ ਕੇ ਹੁਣ ਯੂਪੀ ਬਿਹਾਰ ਹਮਾਚ ਰਾਜਸਥਾਨ ਦੇ ਬੰਦਿਆਂ ਨੂੰ ਬਿਠਾਉਣ ਲੱਗਿਆ ਸੋ ਇਹਦੇ ਲਈ ਕੋਈ ਵੀ ਨਹੀਂ ਬੋਲ ਰਿਹਾ ਸਭ ਚੁੱਪ ਨੇ ਮੈਂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਹਾਂ ਵੀ ਯਾਰ ਤੁਸੀਂ ਲੜਦੇ ਹੋ ਜ਼ਮੀਨਾਂ ਬਚਾਉਣ ਖਾਤਰ ਮਾਵਜੇ ਦੀ ਖਾਤਰ ਜੇ ਸਾਡੇ ਜਵਾਕ ਪ੍ਰਵਾਸ ਕਰਕੇ ਬਾਹਰ ਜਿਵੇਂ ਭੱਜ ਰਹੇ ਨੇ ਪ੍ਰਵਾਸ ਹੋ ਰਿਹਾ ਸਾਡੀਆਂ ਨੌਕਰੀਆਂ ਦੇ ਉੱਤੇ ਬਾਹਰਲੇ ਬੰਦੇ ਆ ਕੇ ਕਾਬਜ ਹੋ ਗਏ ਤਾਂ ਫਿਰ ਸਾਡੇ ਕੋਲੇ ਜ਼ਮੀਨਾਂ ਵੀ ਨਹੀਂ ਰਹਿਣਗੀਆਂ ਇਹ ਵੀ ਖੁੰਗੀਆਂ ਜਾਣੀਆਂ ਨੇ ਤੇ ਇਸ ਲਈ ਇਹ ਲੜਾਈ ਉਦੋਂ ਵੀ ਵੱਡੀ ਆ ਮਾਵਜਿਆਂ ਨਾਲ ਲੜਾਈ ਇਹ ਵੱਡੀ ਆ ਵੀ ਸਾਨੂੰ ਇਹ ਲੜਾਈ ਬਰਾਬਰ ਲੜਨੀ ਚਾਹੀਦੀ ਜਿਵੇਂ ਅੱਜ ਅਸੀਂ ਇੱਥੇ ਲੋਂਗੋਵਾਲ ਦੇ ਵਿੱਚ ਕਿਸਾਨ ਸਾਡੇ 16 ਜਥੇ ਬੰਦੀਆਂ ਕੱਲ ਇਕੱਠੀਆਂ ਹੋਈਆਂ ਬਾਕੀ ਜਥੇ ਬੰਦੀਆਂ ਇਕੱਠੀਆਂ ਹੋਈਆਂ ਇਹਨਾਂ ਨੇ ਪ੍ਰੋਗਰਾਮ ਦਿੱਤਾ ਵੀ ਅਸੀਂ 22 ਤਰੀਕ ਨੂੰ ਗਵਰਨਰ ਦਾ ਜਿਹੜਾ ਉਹ ਘਰ ਘੇਰਨਾ ਜਾ ਕੇ ਚੰਡੀਗੜ੍ਹ ਨੂੰ ਚਲੇ ਸੀਗੇ ਇਹਨਾਂ ਦੀ ਮੰਗ ਸੀਗੀ ਵੀ ਪਿਛਲੇ ਜਿਹੜੇ ਗੜੇ ਮਾਰੀ ਹੋਈ ਆ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਗੜੇ ਮਾਰੀ ਦਾ ਵੱਡਾ ਮਸਲਾ ਯਾਰ ਸੋਡੇ ਥਾਣਿਆਂ ਦੇ ਵਿੱਚ ਆਪਾਂ ਦੇਖਿਆ ਵੀ ਕਿਵੇਂ 80 90 ਦੇ ਦੌਰ ਦੇ ਵਿੱਚ ਸਾਡੀਆਂ ਨੌਜਵਾਨ ਕੁੜੀਆਂ ਸਾਡੀਆਂ ਬੀਬੀਆਂ ਉੱਥੇ ਨੰਗੀਆਂ ਕਰਕੇ ਅਲਫ ਕਿਵੇਂ ਉਹਨਾਂ ਨੂੰ ਬੇਪੱਤ ਕੀਤੀਆਂ ਜਾਂਦੀਆਂ ਰਹੀਆਂ ਕਿਵੇਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਰਹੀਆਂ ਕਿਵੇਂ ਜਲੀਲ ਕੀਤਾ ਜਾਂਦਾ ਰਿਹਾ ਉਹਨਾਂ ਨੂੰ ਥਾਣਿਆਂ ਦੇ ਵਿੱਚ ਹੁਣ ਜੇ ਉੱਥੇ ਜੁਪੀ ਦਾ ਬਿਹਾਰ ਦਾ ਹਿਮਾਚਲ ਦਾ ਸਾਡੇ ਥਾਣਿਆਂ 'ਚ ਭਈਆ ਬੈਠਾ ਹੋਊਗਾ ਤੇ ਫਿਰ ਉਹਨੂੰ ਕੋਈ ਸੰਕ ਸ਼ਰਮ ਨਹੀਂ ਹੋਣੀ ਕੋਈ ਹਾਇਆ ਦਿਆ ਨਹੀਂ ਹੋਣੀ ਕੋਈ ਹੋਰੇ ਅੰਦਰ ਕੋਈ ਭਾਵਨਾ ਨਹੀਂ ਹੋਣੀ ਜਿਵੇਂ ਆਪਾਂ ਦੇਖ ਰਹੇ ਹਾਂ ਨਾ ਵੀ ਜਿਵੇਂ ਜਿੰਨੀ ਅਫਸਰ ਲੌਬੀ ਹੁਣ ਭਵੰਤਰੇ ਵਾਲੇ ਵਾਲੇ ਇਕੱਠੀ ਹੋਈ ਵੀ ਹੈ ਉਹਦੇ ਸਾਨੂੰ ਕੋਈ ਪੰਜਾਬ ਦਾ ਬੰਦਾ ਇੱਕ ਅੱਧਾ ਟਾਮਟਾ ਲਈ ਨਜ਼ਰ ਆਉਂਦਾ ਸਾਰਾ ਕੋਈ ਦਿੱਲੀ ਦਾ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਸਾਰੇ ਬੰਦੇ ਆਲੇ-ਦਾਲੇ ਉਹ ਜਿੰਨੇ ਬਿਊਰੋਕਰੇਟ ਜਿੰਨਾ ਬੈਠਾ ਉਹ ਸਾਰਾ ਉਹੀ ਬੈਠਾ ਹੈ ਕਾਰਨ ਕੀ ਮੰਨਦੇ ਹਾਂ ਲੱਖੇ ਭਾਈ ਕੀ ਇਹ ਅਹਿਸਾਸ ਕਰਵਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਨੌਕਰੀਆਂ ਹੀ ਹਨ ਤੁਸੀਂ ਬੇਰੁਜ਼ਗਾਰੀ ਰਹੋਗੇ ਪੰਜਾਬ 'ਚ ਇਹ ਕਹਿੰਦੇ ਪੜਦੇ ਨਹੀਂ ਪੰਜਾਬ ਦੇ ਮੁੰਡੇ ਜਾਂ ਪੰਜਾਬ ਦੀਆਂ ਕੁੜੀਆਂ ਜਿਹੜੇ ਪੜੇ ਲਿਖੇ ਟੈਂਕੀਆਂ ਦੇ ਬੈਠੇ ਆ ਉਹਨਾਂ ਨੂੰ ਮਿਲ ਗਈਆਂ ਜਿਹੜੇ ਸੜਕਾਂ 'ਤੇ ਰੋਲ ਰਹੀਆਂ ਉਹਨਾਂ ਨੂੰ ਮਿਲ ਗਈਆਂ ਹੁਣ ਅਗਲੀ ਗੱਲ ਦੇਖੋ ਇਹ ਕੋਈ ਕੋਈ ਪ੍ਰਵਾਹ ਨਹੀਂ ਕੋਈ ਧਿਆਨ ਨਹੀਂ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 80 ਦੇ ਕਰੀਬ ਬੰਦਿਆਂ ਨੇ ਬਾਹਰਲੇ ਸੂਬਿਆਂ ਦੇ ਬੰਦੇ ਆ ਪੰਜਾਬ ਦਾ ਯਾਲੀ ਡੋਮਿਸਾਈਲ ਬਣਾ ਕੇ ਉਹਨਾਂ ਨੇ ਸ਼ੀਟਾਂ ਲੈ ਲਈਆਂ ਐਮਬੀਬੀਐਸ ਤੇ ਬੀਡੀਐਸ ਦਾਖਲੇ ਹੋਏ ਨੇ ਉਹ ਤੁਸੀਂ ਦੇਖੋ ਵੀ ਜਾਲੀ ਉਹਨਾਂ ਨੇ ਡੋਮਿਸਾਈਲ ਬਣਾਇਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੱਲਾ ਹੁਣ ਤੱਕ ਸਰਕਾਰ ਨੇ ਕਲਾ ਨੋਟਸ ਕੱਢਿਆ ਨੋਟਸ ਨਾਲ ਕੀ ਹੋ ਜੂਗਾ ਬਈ ਉਹਨਾਂ ਦੇ ਪਰਚਾ ਹੁੰਦਾ 420 ਦਾ ਉਹਨਾਂ ਨੇ ਦਾਖਲੇ ਰੱਦ ਕਰ ਉਹਨਾਂ ਦੇ ਪਰ ਕੋਈ ਕਾਰਵਾਈ ਨਹੀਂ ਯਾਨੀ ਇਹ ਐਡਾ ਵੱਡਾ ਧੱਕਾ ਜਿਹੜਾ ਹੋ ਰਿਹਾ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਮੁੰਡੇ ਪੰਜਾਬ ਦੇ ਪਰ ਅੱਕੇ ਹੋ ਜਾਣਗੇ ਕਿੱਥੇ ਅਲੱਗਾਂ ਛੱਡੋ ਪਰ ਨੌਕਰੀ ਮਿਲਦੀ ਨਹੀਂ ਇੰਨਾ ਪੜ੍ਹ ਕੇ ਮੱਥਾ ਮਾਰ ਕੇ ਦੇਖ ਲਿਆ ਹੁਣ ਇਹ ਇਹ ਤਾਂ ਜਿਹੜਾ ਐਸਸੀ ਕੋਟਾ ਹੁਣ ਆਮ ਤੌਰ ਤੇ ਤੁਸੀਂ ਦੇਖੋ ਵੀ ਬਾਹਰਲੇ ਸੂਬਿਆਂ ਦੇ ਵਿੱਚ ਐਸਸੀ ਕੋਟੇ 'ਚ ਬੰਦਾ ਦੂਜੇ ਸੂਬੇ ਦਾ ਆ ਕੇ ਭਰਤੀ ਨਹੀਂ ਹੋ ਸਕਦਾ ਪਿੱਛੇ ਰਾਜਸਥਾਨ 'ਚ ਭਰਤੀ ਹੋਈ ਹੈ ਰਾਜਸਥਾਨ 'ਚ ਆਪਾਂ ਨੂੰ ਪਤਾ ਨਹੀਂ ਲੱਗਿਆ ਵੀ ਕਿਹੜੇ ਵੇਲੇ ਭਰਤੀ ਲੰਘੀ ਹਿਮਾਚਲ 'ਚ ਭਰਤੀ ਹੁੰਦੀ ਹੈ ਆਪਣਾ ਨੇੜੇ ਤੇ ਦੇ ਵੀ ਨਹੀਂ ਲੱਗਣ ਦਿੰਦੇ ਉਹ ਜੇ ਕਿਤੇ ਵੀ ਭਰਤੀ ਰੱਖ ਲਓ ਦੂਜੇ ਸੂਬਿਆਂ 'ਚ ਹੁੰਦੀ ਹੈ ਉਹ ਕੋਟਾ ਰੱਖਦੇ ਆ 2-3-4-5% ਆ ਪੰਜਾਬ ਵਾਂਗੂੰ ਥੋੜੀ ਆ ਵੀ 100 ਮਗਰ 60 ਬੰਦੇ ਬਾਹਰ ਲਿਆ ਕੇ ਵਹਿ ਜਾਣਗੇ ਤਾਂ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਇਹ ਸਾਨੂੰ ਪਤਾ ਨਹੀਂ ਯਾਰ ਪਤਾ ਨਹੀਂ ਮੈਂ ਤਾਂ ਸਮਝ ਹਰਾਨੀ ਆ ਮੈਂ ਇਸ ਗੱਲ ਤੋਂ ਨਾ ਸਾਡੀ ਨੌਜਵਾਨੀ ਉੱਠ ਰਹੀ ਨੇ ਹੋਰ ਗੱਲਾਂ ਪਛੇ ਟੱਕਰਾ ਮਾਰੀ ਜਾਂਦੇ ਆ ਲੜੀ ਜਾਂਦੇ ਇੱਕ ਦੂਜੇ ਨਾਲ ਆ ਐਡਾ ਵੱਡਾ ਹਮਲਾ ਸਾਡੇ ਤੇ ਹੋ ਰਿਹਾ ਜਿਹੜੀ ਮਾੜੀ ਮੋਟੀ ਨੌਕਰੀ ਨਿਕਲਦੀ ਆ ਕੋਈ ਆਸ ਵੱਜਦੀ ਆ ਕਿਸੇ ਨੌਜਵਾਨ ਨੂੰ ਉਹ ਬਾਹਰ ਲਿਆ ਕੇ ਲੈ ਜਾਂਦੇ ਆ ਸਾਡੇ ਵਾਲੇ ਫਿਰ ਕੋਈ ਚੱਟਾ ਪੀਣ ਤੇ ਲੱਗ ਗਿਆ ਕੋਈ ਬਾਹਰ ਨੂੰ ਭੱਜ ਗਿਆ ਉਸ ਤਰੀਕੇ ਨਾਲ ਸੀ ਮਰੀ ਜਾਂਦੇ ਜਾਂ ਪ੍ਰਵਾਸ ਹੋ ਕੇ ਪੰਜਾਬ ਖਾਲੀ ਹੋਈ ਜਾਂਦਾ ਜੀ